ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਮੈਂ ਕਦੀ ਕਿਸੇ ਦੇ ਖਿਲਾਫ ਬੋਲਣ ਪਾਲਣ ਦੇ ਅੰਦਰ ਕਦੀ ਆਪਣਾ ਟਾਈਮ ਵੇਸਟ ਕਰਦਾ ਨਹੀਂ ਮੈਂ ਕੇਵਲ ਆਪਣੇ ਕੰਮਾਂ ਤੇ ਯਕੀਨ ਕਰਦਾ ਹਾਂ ਔਰ ਮੇਰੀ ਕੋਸ਼ਿਸ਼ ਇਹ ਰਹਿੰਦੀ ਆ ਕਿ ਜਿਹੜੇ ਗੁਰੂ ਸਾਹਿਬ ਨੇ ਸੇਵਾਵਾਂ ਦਿੱਤੀਆਂ ਉਹਦੇ 'ਚ ਜ਼ਿਆਦਾ ਧਿਆਨ ਦਈਏ ਔਰ ਉਹ ਕੰਮਾਂ ਨੂੰ ਸਿਰੇ ਚੜਾਈਏ ਲੇਕਿਨ ਮੇਰੇ ਵੀਰੋ ਮੈਨੂੰ ਬੜਾ ਇਸ ਗੱਲ ਦਾ ਦੁੱਖ ਆ ਕਿ ਕਈ ਵਾਰ ਆਪਾਂ ਆਪਣੀ ਕਮਜ਼ੋਰੀ ਨਾ ਸਮਝੀ ਕਰਕੇ ਜਾਂ ਆਪਣੀ ਕੀ ਅਣਗਹਿਲੀ ਕਰਕੇ ਆਪਾਂ ਇੰਨੀ ਵੱਡੀ ਗਲਤੀ ਕਰ ਲੈਨੇ ਆ ਅ ਮੈਂ ਦੇਖ ਰਿਹਾ ਰਾਤ ਦੀ ਕੰਗਨਾ ਰਣਾਵਤ ਕਿਵੇਂ ਬੋਲੀ ਜਾ ਰਹੀ ਆ ਮੈਂ ਮਾਫ ਕਰਨਾ ਕਿਸੇ ਔਰਤ ਦੇ ਪ੍ਰਤੀ ਕੋਈ ਅਪਸ਼ਬਦ ਨਹੀਂ ਕਿਸੇ ਨੂੰ ਵੀ ਕਹਿਣੇ ਚਾਹੀਦੇ ਮੈਂ ਵੀ ਨਹੀਂ ਕਦੀ ਕਹਿੰਦਾ ਲੇਕਿਨ ਦੋ ਦੋ ਟਕੇ ਦੇ ਲੋਕ ਨੇ ਜਿਨ੍ਹਾਂ ਦੀ ਕੋਈ ਹੈਸਿਆਤ ਨਹੀਂ ਜਿਨ੍ਹਾਂ ਦੀ ਕੋਈ ਔਕਾਤ ਨਹੀਂ ਹੈਗੀ ਉਹ ਸਾਨੂੰ ਦੇਸ਼ਦ્રોਹੀ ਦੇਸ਼ ਦੇ ਗਦਾਰ ਦੇਸ਼ ਦੇ ਖਿਲਾਫ ਪਤਾ ਨਹੀਂ ਕੀ ਕੀ ਕੁੱਤਰ ਗੂੰ ਭੌਂਕੀ ਜਾ ਰਹੇ ਨੇ ਬੜਾ ਗੁੱਸਾ ਚੜ ਰਿਹਾ ਸੀ ਵੇਖ ਕੇ ਕਿਸਾਨ ਨਹੀਂ ਉੱਥੇ ਅੱਤਵਾਦੀ ਬੈਠੇ ਨੇ ਫਿਰ ਕਹਿ ਦਿੱਤਾ ਦੇਸ਼ ਤੋੜ ਕੇ ਚਾਈਨਾ ਦਾ ਕਬਜ਼ਾ ਕਰਾਉਣਾ ਉੱਥੇ ਇਹਨਾਂ ਨੇ ਕੋਈ ਕਿਸਾਨ ਨਹੀਂ ਹੈ ਯਤੰਕਵਾਦੀ ਹੈ ਹੁਣ ਅਸੀਂ ਅਤੰਕਵਾਦੀ ਹੋ ਗਏ ਔਰ ਇਹ ਦੇਸ਼ ਪਰਸਤ ਹੋ ਗਏ ਜਿਹੜੇ ਲੋਗ ਗੋਰਿਆਂ ਦੇ ਪੈਰ ਫੜ ਫੜ ਕੇ ਜਿਹੜੇ ਲੋਕਾਂ ਦੀ ਇੱਡੀ ਹੈਸਿਆਤ ਨਹੀਂ ਸੀਗੀ ਕਿ ਗੋਰਿਆਂ ਦੇ ਖਿਲਾਫ ਇੱਕ ਅਲਫ਼ਾਜ਼ ਬੋਲ ਸਕਣ ਉਹ ਲੋਕ ਸਾਨੂੰ ਦੇਸ਼ ਦੇ ਗद्दार ਦੱਸ ਰਹੇ ਨੇ ਉਹ ਸਰਦਾਰ ਹੋਗੇ ਅਸੀਂ ਗद्दार ਹੋਗੇ ਕਿਉਂ ਕਿਉਂਕਿ ਅਸੀਂ ਚੁੱਪ ਰਹਿੰਦੇ ਆ ਸਾਡੇ ਲੋਕ ਚੁੱਪ ਰਹਿੰਦੇ ਨਹੀਂ ਸਾਡੇ ਲੋਕ ਬੋਲਦੇ ਨਹੀਂ ਔਰ ਜੇ ਕੋਈ ਬੋਲਦਾ ਹੈ ਤੇ ਉਹਦੀ ਗੱਲ ਨੂੰ ਵੀ ਨਹੀਂ ਸ਼ੇਅਰ ਕਰਦੇ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਤੋਸ਼ਗੋਨ ਦਾ ਟਵਿੱਟਰ ਦੇਖੋ ਉਹਨਾਂ ਦੇ ਫੇਸਬੁਕ ਦੇਖੋ ਕਿਵੇਂ ਲੋਕ ਫਟਾਫਟ ਸ਼ੇਅਰ ਕਰ ਰਹੇ ਨੇ ਫਟਾਫਟ ਮੈਸੇਜ ਲਿਖ ਰਹੇ ਨੇ ਔਰ ਕੋਈ ਦੁਨੀਆ ਦੀ ਐਸੀ ਗਾਲ ਨਹੀਂ ਜਿਹੜੀ ਸਾਨੂੰ ਨਹੀਂ ਕੱਢ ਰਹੀ ਕਿਉਂਕਿ ਅਸੀਂ ਖਰਾਬ ਬੋਲਦੇ ਆ ਔਰ ਆਪਣੇ ਲੋਕ ਬਸ ਵੇਖ ਕੇ ਛੱਡ ਕੇ ਸੌ ਜਾਂਦੇ ਨੇ ਚੱਲ ਛੱਡ ਯਾਰ ਸਾਡਾ ਥੋੜਾ ਕੋਈ ਮੁੱਦਾ ਹੈਗਾ ਹੈ ਸਾਨੂੰ ਕੀ ਲੋੜ ਆ ਯਾਰ ਇਸ ਗੱਲ ਚ ਪੈਣ ਦੀ ਬੜਾ ਗੁੱਸਾ ਵੀ ਚੜਦਾ ਇਸ ਗੱਲ ਨੂੰ ਦੇਖ ਕੇ ਦੇਖੋ ਉਹਨਾਂ ਦੇ ਫੋਲੋਅਰ ਕਿਤਰਾ ਗੰਦ ਲਿਖ ਰਹੇ ਨੇ ਮੈਂ ਟਵਿੱਟਰ ਤੇ ਉਹਨੇ ਦੇਖਿਆ ਜੋ ਮੇਰੇ ਖਿਲਾਫ ਇਹ ਗੰਦ ਲਿਖਿਆ ਜਾ ਰਿਹਾ ਹੈ ਜੀ ਦੇਸ਼ ਦੇ ਗੁਰਦੁਆਰ ਨੇ ਦੇਸ਼ ਦੇ ਖਿਲਾਫ ਨੇ ਦੇਸ਼ ਵਿਰੋਧੀ ਨੇ ਦੇਸ਼ ਤੋੜਨ ਵਾਲੇ ਨੇ ਪਤਾ ਨਹੀਂ ਕੀ ਕੀ ਬਕਵਾਸ ਬਾਜੀ ਲਿਖੀ ਜਾਂਦੇ ਨੇ ਜਿਉ ਲੋਕਾਂ ਨੂੰ ਵਕੀਲ ਦਿੱਤੇ ਅਰੇ ਭਾਈ ਸਾਡਾ ਫਰਜ ਬਣਦਾ ਸੀ ਮਾਨਤਾ ਦੀ ਸੇਵਾ ਕਰਨ ਵੇ ਲੋਕਾਂ ਡਟ ਕੇ ਖੜੇ ਆਪਣੇ ਲੋਕਾਂ ਨਾਲ ਕੋਈ ਡਰਿਆ ਕੋਈ ਸ਼ਰਮ ਆ ਕੇ ਗੱਲ ਕਰਦੇ ਆ ਠੋਕ ਕੇ ਕਿੰਨੇ ਖਰਵਾਗੇ ਨਾਲ ਕਿਸਾਨ ਆ ਭਾਈ ਉਹ ਕੋਈ ਹੱਤਵਾਦੀ ਨਹੀਂ ਵੱਖਵਾਦੀ ਨਹੀਂ ਦੇਸ਼ ਦੇ ਲੋਕ ਨੇ ਦੇਸ਼ ਦੀ ਲੜਾਈ ਲੜਨ ਵਾਸਤੇ ਕਿਸਾਨੀ ਦੀ ਲੜਾਈ ਲੜਦੇ ਪਏ ਨੇ ਕਿਉਂ ਨਹੀਂ ਕਰੋਣਾ ਘਰਾਂ ਦੇ ਨਾਲ ਅਸੀਂ ਔਰ ਕਿਉਂ ਨਹੀਂ ਦੇਸ਼ ਦੇ ਲੋਕਾਂ ਨੂੰ ਕਰੋਨਾ ਚੱਲ ਰਿਹਾ ਸਾਨੂੰ ਕੋਈ ਦੱਸੇ ਤੁਸੀਂ ਜਾ ਕੇ ਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਦਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਦੇ ਜੇ ਤੁਹਾਡੀ ਔਕਾਤ ਕਿੰਨੀ ਕਾ ਤੁਹਾਡੀ ਹیثیت ਕਿਵੇਂ ਤੁਹਾਨੂੰ ਸ਼ਰਮ ਨਹੀਂ ਆਈ ਡੁੱਬ ਕੇ ਨਹੀਂ ਮਰ ਗਏ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦੇ ਬਾਹਰ ਜਾ ਕੇ ਤੁਸੀਂ ਪ੍ਰਦਰਸ਼ਨ ਕਰੋਗੇ ਅਸੀਂ ਚੁੱਪ ਰਹੇ ਇਸ ਕਰਕੇ ਚੁੱਪ ਰਹੇ ਵੀ ਇਹ ਹੇਟ ਨਾ ਹੋਵੇ ਕਿ ਨਫ਼ਰਤ ਨਾ ਫੈਲੇ ਔਰ ਤੁਸੀਂ ਸਿਰ ਤੇ ਚੜੀ ਜਾਂਦੇ ਜੀ ਯਾਰ ਤੁਸੀਂ ਸਿਰ ਤੇ ਚੜ ਕੇ ਕੁੱਦਣ ਲੱਗ ਪਏ ਕਦੀ ਤੁਸੀਂ ਗਦਾਰ ਕਹਿੰਦੇ ਜੇ ਕਦੀ ਤੁਸੀਂ ਦੇਸ਼ ਵਿਰੋਧੀ ਕਹਿੰਦੇ ਜੇ ਜੋ ਜੀ ਕਰਦਾ ਕੁੱਤਰ ਨੂੰ ਭੌਂਕੀ ਜਾਂਦੇ ਜਿਵੇਂ ਚੁੰਡ ਚੁਕ ਚੁਕ ਸੁਣੀ ਜਾਂਦੇ ਪਏ ਆ ਅਗਰ ਕੋਈ ਤਰੀਕਾ ਹੋਊਗਾ ਕੋਈ ਗੱਲ ਹੋਊਗੀ ਕੀ ਐਸੀ ਮਾੜਾ ਕੰਮ ਕੀਤਾ ਬਈ ਕਿਉਂ ਨਹੀਂ ਆਪਣੇ ਲੋਕਾਂ ਦੇ ਨਾਲ ਖਲੋਈਏ ਕਿਉਂ ਨਾ ਆਪਣੇ ਲੋਕਾਂ ਦਾ ਸਾਥ ਦਈਏ ਕਿਆ ਕਿਸਾਨ ਤੁਹਾਡੇ ਨਹੀਂ ਕਿਸਾਨ ਸਾਡੇ ਤੁਹਾਡੇ ਵੰਡੇ ਗਏ ਨੇ ਜਿਹੜੇ ਲੋਕ ਐਸੀ ਬਕਵਾਸ ਬਾਜੀ ਔਰ ਨਫ਼ਰਤ ਭਲਾ ਰਹੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰੀ ਯਾਦ ਕਰਾਉਣਾ ਚਾਹੁੰਦਾ ਇਹ ਦੇਸ਼ ਦਾ ਅਨੁਦਾਤਾ ਕੋਈ ਇੱਕ ਧਰਮ ਦਾ ਨਹੀਂ ਹੈਗਾ ਕੋਈ ਇੱਕ ਆਜ਼ਾਦ ਦਾ ਨਹੀਂ ਹੈਗਾ ਕੋਈ ਇੱਕ ਸੂਬੇ ਦਾ ਨਹੀਂ ਹੈਗਾ ਦੇਸ਼ ਦਾ ਅਨੁਦਾਤਾ ਸਾਰਿਆਂ ਲਈ ਅਨੁਦਾਤਾ ਹੈ ਲੇਕਿਨ ਕੰਗਨਾਰ ਨਾਵਦ ਦਾ ਜਦੋਂ ਜੀ ਕਰਦਾ ਆਪਣਾ ਚੁੱਕ ਲੈਂਦੀ ਆ ਮੂੰਹ ਚੁੱਕ ਕੇ ਆਪਣੀ ਪਬਲਿਕ ਚੀਫ ਪਬਲਿਸਿਟੀ ਦੇ ਵਾਸਤੇ ਟੈਂ 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 ਕਰੀ ਜਾਂਦੀ ਆ ਯਾਰ ਅਸੀਂ ਕਹਿੰਨੇ ਚੱਲਿਆ ਰਿਕੋਰਡ ਹੈਗੀ ਔਰਤ ਦਾ ਸਨਮਾਨ ਕਰੋ ਕਿਉਂ ਛੱਡੋ ਕੀ ਲੋੜ ਐਵੇਂ ਬੋਲਣ ਦੀ ਲੇਕਿਨ ਆਖਰ ਕੋਈ ਸੀਮਾ ਹੋਊਗੀ ਆਤਵਾਦੀ ਨੇ ਵਾਕਵਾਦੀ ਨੇ ਜ਼ਹਿਰ ਉਕਲਿਆ ਜਾ ਰਿਹਾ ਸਾਡੇ ਖਿਲਾਫ ਨਫਰਤ ਫਲਾਈ ਹੋਈ ਜਾ ਰਹੀ ਸਾਡੇ ਖਿਲਾਫ ਔਰ ਉਸੇ ਤਰ੍ਹਾਂ ਟੀਵੀ ਚੈਨਲ ਬੋਲਣ ਲੱਗ ਪਿੰਦੇ ਨੇ ਕਿਉਂਕਿ ਅਸੀਂ ਸਾਰੇ ਚੁੱਪ ਰਹਿੰਦੇ ਆ ਮੇਰੇ ਵੀਰੋ ਆਪਣੀ ਗੱਲ ਨੂੰ ਕਹਿਣੀ ਸਿੱਖੋ ਜੇ ਕੋਈ ਕਹਿੰਦਾ ਉਹਦੀ ਗੱਲ ਨੂੰ ਸ਼ੇਅਰ ਕਰੋ ਉਹਨਾਂ ਨਾਲ ਖੜੇ ਹੋ ਉਹਦੇ ਐਵੇਂ ਨਾ ਪ੍ਰਵਾਹ ਕਰਿਆ ਕਰਨ ਦੇ ਡਰਿਆ ਨਾ ਕਰੋ ਐਵੇਂ ਬਿਨਾਂ ਕਿਸੇ ਗੱਲ ਤੋਂ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਦੇਸ਼ ਪ੍ਰਸਤ ਲੋਕ ਆ ਵੇਸ਼ ਪਿੱਛੇ ਜਾਨ ਦੇਣ ਵਾਲੇ ਲੋਕ ਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਲੋਕ ਸੱਚੇ ਲੋਕ ਅਸੀਂ ਆ ਅਰੇ ਬਾਕੀ ਤੇ ਪਹਿਲਾਂ ਵੀ ਗਦਾਰੀਆਂ ਕਰਦੇ ਸੀ ਸਰਕਾਰਾਂ ਦੇ ਪੈਰਾਂ 'ਚ ਜਾ ਕੇ ਲੰਮੇ ਪਏ ਜਾਂਦੇ ਸੀ ਉਦੋਂ ਵੀ ਅਸੀਂ ਲੜੇ ਸ਼ਹੀਦ ਭਗਤ ਸਿੰਘ ਕਿੱਥੋਂ ਉੱਠ ਕੇ ਲੜਿਆ ਪੰਜਾਬ ਤੋਂ ਜਾ ਕੇ ਲੜਿਆ ਕਿਤਨਾ ਫਾਸਿਆਂ ਤੋਂ ਝੂਟ ਗਏ ਪੰਜਾਬ ਦੇ ਲੋਕ 90% ਦੀ ਸ਼ਹਾਦਤ ਦੇਣ ਵਾਲੇ ਲੋਕ ਹੈ ਅਸੀਂ ਅੱਜ ਸਾਨੂੰ ਸਵਾਲ ਪੁੱਛੇ ਜਾ ਰਹੇ ਨੇ ਅੱਛਾ ਸਾਡੇ ਬਾਪ ਦਾਤੇ ਨੇ ਦਿੱਤੀਆਂ ਸਾਰੀਆਂ ਕੁਰਬਾਨੀਆਂ ਮਿੱਟੀ ਹੋ ਗਿਆ ਤੁਹਾਡੇ ਦੋ ਗੱਲਾਂ ਕਹਿਣ ਦੇ ਨਾਲ ਜੋ ਕੁਝ ਅਸੀਂ ਦੇਸ਼ ਲਈ ਕੀਤਾ ਉਹ ਮਿੱਟੀ ਹੋ ਗਿਆ ਦੋ ਗੱਲਾਂ ਕਹਿਣ ਦੇ ਨਾਲ ਦੇਸ਼ ਦੇ ਲੋਕ ਚਰਨ ਪੈਰ ਚੁੰਮਦੇ ਸੀ ਸਾਡੇ ਕਿਆ ਹੋ ਗਿਆ ਜੀ 1 ਮਿੰਟ ਦੇ ਅੰਦਰ ਅੰਦਰ ਜੀ ਤੁਸੀਂ ਬੋਲੋਗੇ ਅਸੀਂ ਚੁੱਪ ਕਰ ਜਾਵਾਂਗੇ ਇਸ ਕਰਕੇ ਅਸੀਂ ਚੋਪਾਂ ਤੁਸੀਂ ਤਾਂ ਕਰਕੇ ਸਿਰ ਤੇ ਚੜਦੇ ਪਏ ਜੇ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਸਾਡੇ ਖਿਲਾਫ ਬੋਲਦੇ ਪਏ ਨੇ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਸਾਨੂੰ ਵੱਖਵਾਦੀ ਕਹਿੰਦੇ ਪਏ ਨੇ ਜਿੱਦਣ ਦੇਸ਼ ਤੇ ਅੱਜ ਵੀ ਜਾਨ ਦੇਣ ਦੀ ਲੋੜ ਪੈਂਦੀ ਹੈ ਤੇ ਅਸੀਂ ਲੋਕ ਅੱਗੇ ਖੜੇ ਹੁੰਦੇ ਹਾਂ ਰੋਜ਼ ਕਿੰਨੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬੀਆਂ ਦੀ ਤਰੰਗਿਆਂ 'ਚ ਅੰਦਰ ਲਿਪਟ ਕੇ ਆਉਂਦੀਆਂ ਨੇ ਔਰ ਸਾਨੂੰ ਸਵਾਲ ਜਵਾਬ ਕਰਉਂਦੇ ਪਏ ਜੀ ਤੁਸੀਂ ਮੇਰੇ ਵੀਰੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਇਹਨਾਂ ਕੰਗਨਾ ਵਰਗਿਆਂ ਦੀ ਕਦੀ ਔਕਾਤ ਨਾ ਹੋਵੇ ਜੇਕਰ ਤੁਸੀਂ ਇੱਕਜੁੱਟ ਹੋ ਤੇ ਇਹਨਾਂ ਦੀ ਹੈਸੀਅਤ ਨਹੀਂ ਹੈਗੀ ਕੁਝ ਵੀ ਖਲਾਫ ਬੋਲਣ ਦੀ ਕਿਸਾਨੀ ਅੰਦੋਲਨਿਆਂ ਇਸ ਕਿਸਾਨੀ ਅੰਦੋਲਨ ਨੂੰ ਮਾਰਨ ਪਿੱਛੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਪਰ ਮੈਂ ਤੁਹਾਨੂੰ ਵੀ ਇਸ ਵਾਸਤੇ ਉਨਾ ਹੀ ਜ਼ਿੰਮੇਵਾਰ ਠਰਾਉਣਾ ਕਿਉਂਕਿ ਤੁਸੀਂ ਚੁੱਪ ਰਹਿੰਦੇ ਜੀ ਗੁਨਾਹ ਨੂੰ ਦੇਖਣਾ ਗੁਨਾਹ ਕਰਨ ਵਾਲੇ ਦਾ ਸਾਥ ਦੇਣਾ ਔਰ ਗੁਨਾਹ ਨੂੰ ਦੇਖ ਕੇ ਚੁੱਪ ਰਹਿਣਾ ਇਹ ਤਿੰਨੇ ਇੱਕ ਬਰਾਬਰ ਹੀ ਨੇ ਕੋਈ ਫਰਕ ਨਹੀਂ ਤਿੰਨਾਂ ਦੇ ਅੰਦਰ ਆਏਗਾ ਜੇ ਤੁਸੀਂ ਚੁੱਪ ਵੀ ਜੇ ਤਾਂ ਵੀ ਤੁਸੀਂ ਨਾਲ ਉਹਨਾਂ ਦੇ ਭਾਗੀਦਾਰ ਹੀ ਜੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਇਹਨਾਂ ਡਰਿਆ ਨਾ ਕਰੋ ਜਵਾਬ ਦਿਆ ਕਰੋ ਔਰ ਜਿਹੜੇ ਜਵਾਬ ਦਿੰਦੇ ਉਹਨਾਂ ਦਾ ਸਾਥ ਦਿਆ ਕਰੋ ਆ ਵੀਡੀਓ ਸ਼ੇਅਰ ਕਰਿਆ ਕਰੋ ਲੋਕਾਂ ਤੱਕ ਪਹੁੰਚਾਇਆ ਕਰੋ ਤਾਂ ਕਿ ਇਹਨਾਂ ਦੇ ਤਾਂ ਜਵਾਬ ਪਹੁੰਚਣੇ ਨੇ ਲੱਗੇ ਕੋਈ ਖੜਾ ਹੈ ਇਹਨਾਂ ਦੇ ਤੇ ਟਵਿੱਟਰ ਤੇ ਜਦੋਂ ਜਾ ਕੇ ਦੇਖੋ ਤੁਸੀਂ ਹਜ਼ਾਰਾਂ ਲੋਕ ਰੀਟਵੀਟ ਫਟਾਫਟ ਕਰਨ ਲੱਗ ਪੈਂਦੇ ਨੇ ਔਰ ਆਪਣੇ ਵਾਲੇ ਚੁੱਪਚਾਪ ਬੈਠੇ ਰਹਿੰਦੇ ਨੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਲੜਾਈ ਅਸੀਂ ਹਮੇਸ਼ਾ ਲੜਦੇ ਰਹਿਆ ਹਾਂ ਲੜਦੇ ਰਾਂਗੇ ਅਸੀਂ ਕੋਈ ਘਬਰਾਉਂਦੇ ਨਹੀਂ ਹੈਗੇ ਨਾ ਹੀ ਕੋਈ ਸਾਨੂੰ ਕਿਸੇ ਤੋਂ ਡਰ ਲੱਗਦਾ بڑا ਡਰ ਧਮਕੀਆਂ ਦਿੰਦੇ ਨੇ ਬਹੁਤ ਕੁਝ ਕਹਿੰਦੇ ਨੇ ਗਾਲ੍ਹਾਂ ਵੀ ਕੱਢਦੇ ਨੇ ਫੇਸਬੁੱਕ ਤੇ ਵੀ ਕੱਢਦੇ ਨੇ ਉਤਰਾ ਵੀ ਕੱ ਕਿੰਨਾ ਜ਼ਹਿਰ ਉਗਲਦੇ ਨੇ ਕੋਈ ਬਹੁਤ ਅਸੀਂ ਪਰਵਾਹ ਨਹੀਂ ਕਰਦੇ ਨਾ ਗੱਲਾਂ ਦੀ ਪਰ ਵੀਰੋ ਇਸ ਗੱਲ ਦਾ ਜ਼ਰੂਰ ਅਫਸੋਸ ਹੁੰਦਾ ਕਿ ਜਦੋਂ ਆਪਣੇ ਵੀਰ ਉਹਦਾ ਮਕੂਲ ਜਵਾਬ ਨਹੀਂ ਦਿੰਦੇ ਉਹਦੇ ਮਕੂਲ ਬੋਲਦੇ ਨਹੀਂ ਤੇ ਫਿਰ ਐ ਲੱਗਦਾ ਕਿ ਯਾਰ ਆਪਾਂ ਕਿਉਂ ਚੁੱਪ ਬੈਠੇ ਰਹਿੰਦੇ ਆ ਯਾਰ ਇਹਨਾਂ ਦੀ ਕੀ ਹਸਿਆਤਾ ਵਰਨਾ ਸਾਨੂੰ ਦੇਸ਼ ਦੇ ਗद्दार ਕਹਿ ਦੇਣ ਕੰਗਨਾ ਰਣਾਵਤ ਦੀ ਹੈ ਕਿ ਔਕਾਤ ਕੀ ਆ ਉਹਦੀ ਹੈ ਦੋ ਟਕੇ ਦੇ ਲੋਗ ਨੇ ਲੋਗ ਮਾਫ ਕਰਨਾ ਮੈਂ ਫੇਰ ਕਹਿ ਰਿਹਾ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦੇ ਪਰ ਜਿਹੜੇ ਬਕਵਾਸ ਬਾਜ਼ੀ ਕਰਦੇ ਪਏ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਔਰ ਫਿਰ ਲਾਲ ਕਿਲੇ ਦੀ ਲਾਲ ਕਿਲਾ ਲਾਲ ਕਿਲਾ ਲਾਲ ਕਿ ਤਰੰਗੇ ਪਿੱਛੇ ਅਸੀਂ ਜਾਨ ਦੇਣ ਵਾਲੇ ਲੋਕਾਂ ਤਰੰਗੇ ਤਰੰਗੇ ਦੀ ਸਹੀ ਅਗਰ ਕਿਸੇ ਨੇ ਸਹੀ ਮਿਹਨਤ ਨਾਲ ਤਰੰਗੇ ਪਿੱਛੇ ਕਿਸੇ ਨੇ ਆਪਣੀ ਜਾਨ ਦਿੱਤੀ ਆ ਤੇ ਉਹ ਪੰਜਾਬੀਆਂ ਨੇ ਦਿੱਤੀ ਔਰ ਜਿੱਥੋਂ ਤੱਕ ਲਾਲ ਕਿਲੇ ਦੀ ਗੱਲ ਹੈ ਲਾਲ ਕਿਲਾ ਹੈ ਕੀ ਇਹਦੀ ਅਸਥਮਾ ਕਿਹੜੀ ਹੈ ਇਹਦੀ ਕਿਹੜੀ ਇੱਜ਼ਤ ਹੈ ਕੀ ਲਾਲ ਕਿਲੇ ਤੇ ਹਮੇਸ਼ਾ ਇਹਦਾ ਲਾਲ ਰੰਗ ਖੂਨ ਦਾ ਰੰਗ ਹੈ ਤੇ ਇਹਨੇ ਤੇ ਕਿੰਨੇ ਹਿੰਦੂ ਧਰਮ ਦੇ ਉੱਤੇ ਕਿੰਨੀਆਂ ਇਹਨੇ ਤਸ਼ੱਦਦਾਂ ਕੀਤੀਆਂ ਨੇ ਭਾਈ ਹੈ ਅਰੇ ਭਾਈ ਤੁਹਾਨੂੰ ਸਮਝ ਆਉਣੀ ਚਾਹੀਦੀ ਆ ਲਾਲ ਕਿਲੇ ਨੂੰ ਤੁਸੀਂ ਜਿਹਨੂੰ ਪੂਜਾ ਕਰਨ ਲੱਗ ਪਏ ਜ ਅੱਜਕੱਲ ਜਾ ਕੇ ਇਸ ਲਾਲ ਕਿਲੇ ਨੇ ਤੇ ਜਨੇਊ ਉਤਾਰਨ ਦੀ ਔਰ ਤਿਲਕ ਜਿਨ੍ਹਾਂ ਨੇ ਲਾਇਆ ਸੀ ਉਹਨਾਂ ਦੇ ਸੀਜ਼ ਦਾ ਮੁੱਲ ਪਾਇਆ ਸੀਗਾ 40-40 ਮਣ ਜਨੇਊ ਉਤਰਾਉਣ ਤੋਂ ਬਾਅਦ ਔਰੰਗਜ਼ੇਬ ਜਿਹੜਾ ਸੀਗਾ ਉਹ ਰੋਟੀ ਨੂੰ ਮੂੰਹ ਲਾਉਂਦਾ ਸੀਗਾ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਫਰਮਾਨ ਵੀ ਇਸ ਲਾਲ ਕਿਲੇ ਤੋਂ ਸੁਣਾਇਆ ਗਿਆ ਸੀਗਾ ਅਸੀਂ ਤਾਂ ਕਦੀ ਵੀ ਇਸ ਲਾਲ ਕਿਲੇ ਨੂੰ ਕੋਈ ਅਸਥਮਾ ਜਾਂ ਕੋਈ 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 ਆਪਣੀ ਇੱਜ਼ਤ ਦਾ ਪ੍ਰਮਾਣ ਨਹੀਂ ਸਮਝਾਇਸ ਨੂੰ ਕਦੀ ਵੀ ਇੱਥੇ ਕਾਤਲਾਂ ਦਾ ਸਥਾਨ ਹੈ ਇਨਫੈਕਟ ਮੈਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੇ ਲੋਕਾਂ ਨੂੰ ਨਹੀਂ ਪਤਾ ਪਾਈ ਇੱਥੇ ਤਖਤੇ ਤਾਊਜ਼ ਜਿਹੜਾ ਸੀ ਉਹਨੂੰ ਬੰਨ੍ਹ ਕੇ ਸਿੱਖ ਜਰਨੈਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਬਾਬਾ ਬਗੇਲ ਸਿੰਘ ਜੀ ਜਿਹਨੂੰ 1783 ਚ ਆਏ ਨੇ ਉਹ ਤੇ ਬੰਨ੍ਹ ਕੇ ਨਾਲ ਲੈ ਕੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਚ ਪਿਆ ਹੈ ਉਹ ਲਾਲ ਪੱਥਰ ਦੇਖ ਲਓ ਜਾ ਕੇ ਉੱਥੇ ਤਖਤੇ ਤਾਊਜ਼ ਉੱਥੇ ਪਿਆ ਹੈ ਐਵੇਂ ਲਾਲ ਕਿਲਾ ਲਾਲ ਕਿਲਾ ਲਾਲ ਕਿਲਾ ਰੋਲਾ ਪਾਇਆ ਲਾਲ ਕਿਲੇ ਦਾ ਲਾਲ ਕਿਲਾ ਦੇਸ਼ ਦੇ ਅੰਦਰ ਇੱਕ ਨੈਸ਼ਨਲ ਮੋਨੂਮੈਂਟ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ ਲੇਕਿਨ ਤਰੰਗੇ ਦੀ ਜਿੱਥੋਂ ਤੱਕ ਗੱਲ ਆ ਉਹਦੇ ਪਿੱਛੇ ਤੇ ਹਰ ਸਿੱਖ ਨੇ ਹਰ ਪੰਜਾਬੀ ਨੇ ਹਰ ਦੇਸ਼ ਵਾਸੀ ਨੇ ਜਾਨ ਦਿੱਤੀ ਔਰ ਜਾਨ ਵੀ ਜਾਨ ਦੇ ਸਕਦਾ ਔਰ ਜਾਨ ਲੈ ਵੀ ਸਕਦੇ ਆ ਸੀ ਉਹਦੇ ਵਾਚੇ ਸਾਡੀ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇ ਸਾਡੇ ਤਰੰਗੇ ਦੇ ਖਿਲਾਫ ਕੋਈ ਕੁਝ ਕਰਨ ਦੀ ਕੋਸ਼ਿਸ਼ ਕਰੇ ਇਸ ਕਰਕੇ ਲਾਲ ਕਿਲਾ ਲਾਲ ਕਿਲਾ ਜਿਹੜਾ ਲੋਕ ਕਰਦੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇੰਨਾ ਇੰਨਾ ਜ਼ਿਆਦਾ ਗੁਮਾਨ ਮਤ ਕਰੋ ਇਸ ਲਾਲ ਕਿਲੇ ਤੇ ਇਸ ਲਾਲ ਕਿਲੇ ਨੇ ਤਾਂ ਤੁਹਾਨੂੰ ਸਿਰਫ ਦਰਦ ਦੇ ਦਵਾ ਦਿੱਤਾ ਹੀ ਕੁਝ ਨਹੀਂ ਗਾ ਪਰ ਮੈਂ ਆਪਣੇ ਵੀਰਾਂ ਨੂੰ ਵੀ ਬੇਨਤੀ ਕਰਦਾ ਜਰੂਰ ਧਿਆਨ ਦਿਆ ਕਰੋ ਔਰ ਜਦੋਂ ਇਹੋ ਜਿਹੇ ਲੋਕ ਬੋਲਦੇ ਉਹਨਾਂ ਨੂੰ ਜਵਾਬ ਦਿਆ ਕਰੋ ਮੈਨੂੰ ਉਮੀਦ ਹੈ ਇਸ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰੋਗੇ ਔਰ ਉਹਨਾਂ ਲੋਕਾਂ ਤਾਂ ਇਹ ਪਚਾਓਗੇ ਜਿਨ੍ਹਾਂ ਨੂੰ ਬਹੁਤ ਹੀ ਬਕਵਾਸ ਕਰਨ ਦੀ ਆਦਤ ਪੈਂਦੀ ਜਾ ਰਹੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ